ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਰਾਮ ਨਗਰ ਬਿਹਾਰੀ ਕਾਲੋਨੀ ਵਿੱਚ 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰ ਆਪਸ ਵਿੱਚ ਭਿੜ ਗਏ। ਝਗੜੇ ਦੌਰਾਨ ਜੰਮ ਕੇ ਡਾਂਗਾ, ਸੋਟੇ ਅਤੇ ਇੱਟਾਂ ਰੋੜੇ ਚੱਲੇ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਦੇ ਕਰੀਬ ਜ਼ਖਮੀ ਹੋ ਗਏ। ਝਗੜੇ ਵਿੱਚ ਇੱਕ ਔਰਤ ਅਤੇ ਇੱਕ ਬੱਚੇ ਸਮੇਤ 6 ਦੇ ਕਰੀਬ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜ਼ਖਮਾਂ ਦੀ ਤਾਪ ਨਾ ਚਲਦੇ ਹੋਏ ਦਮ ਤੋੜ ਗਿਆ। ਸ਼ਾਂਤ ਹੋ ਗਏ ਤੋ ਜੋ ਪ੍ਰਧਾਨ ਹੈ ਨਾ ਹੋ ਗਿਆ ਉਸਕੋ ਸਮਝਾਨੇ ਕੇ ਲਿਏ ਤਾਲੂ ਇਨਕੋ ਭੇਜੇ ਪਰਚਾ ਕਰਾਨੇ ਕੇ ਲਿਏ ਬਸ ਸਾਰੇ ਜਾਣਾ ਡਾਂਗ ਲੈ ਕੇ ਹਮਾਰੇ ਘਰ ਪੇ ਹਮਲਾ ਕਰਕੇ ਹਮਾਰੇ ਸਾਰੇ ਬੱਚੇ ਕੇ ਮਾਰ ਕੇ ਗਿਰਾ ਦਿਆ। ਹੋਕੀ ਪੋਕੀ ਲੈ ਕੇ ਆਇਆ ਸਾਰਾ ਪੀਟਨੇ ਲਗਾ ਹਮ ਸਭ ਕੋ ਪੂਰਾ ਇਕਦਮ ਘਾਇਲ ਕਰ ਦਿਆ, ਬੱਚੇ ਬੁੱਚੇ ਸਭੀ ਕੋ ਘਾਇਲ ਕਰ ਦਿਆ ਘਰ ਪੇ, ਅਭੀ ਸਾਰੇ ਸਮਾਨ ਚੀਟ ਦਿਆ, ਦੁਕਾਨ ਕਾਨ ਸਾਰੇ ਨਾ ਹਮ ਕਰ ਦਿਆ ਸਰ। ਮੈਂ ਤੇ ਦੁਕਾਨ ਤੇ ਬੈਠਾ ਸੀ ਜਦੋਂ ਕੋਈ ਗੱਲਬਾਤ ਹੋਈ ਤਾਂ ਉਹਨਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਿਹਾਰੀ ਕਲੋਨੀ ਚ ਕੱਲ ਇੱਕ ਲੜਾਈ ਹੋਈ ਸੀ, ਉਹਦੇ ਵਿੱਚ ਮਨੋਜ ਸ਼ਾਹ ਤੇ ਕੰਪਲੇਨੈਂਟ ਹੈ ਤੇ ਉਹਦੇ ਵਿੱਚ ਸੰਜੇ ਪੰਡਿਤ ਵਗੈਰਾ ਜਿਹੜੇ ਉਹ 5 ਭਰਾ ਸੀਗੇ, ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ। ਉਹਦੇ ਵਿੱਚ ਇੱਕ ਕਾਮਦੇਵ ਸੈਣੀ ਨਾਂ ਦਾ ਜਿਹੜਾ ਵਿਅਕਤੀ ਹੈ ਉਹਦੀ ਡੈਥ ਹੋ ਗਈ ਸੀ ਅਤੇ ਉਹਦਾ ਕੇਸ ਰਜਿਸਟਰਡ ਰਾਤੀ ਕਰਤਾ ਸੀ, ਉਹਦਾ ਪੋਸਟਮਾਰਟਮ ਲਈ ਭੇਜਿਆ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਜਿਹੜੀ ਹੈ ਕਾਰਵਾਈ ਵਰਤੀ ਹੈ ਮੰਤਰੀ ਨੇ। ਬਸ ਸ਼ਰਾਬ ਪੀਤੀ ਬੈਠੇ ਉੱਥੇ, ਪੈਸਿਆਂ ਪੂਸਿਆਂ ਦਾ ਕੋਈ ਲੈਣ ਦੇਣ ਹੋਊਗਾ ਜੋ ਉਹਨਾਂ ਨੇ ਦੱਸਿਆ, ਕਹਿੰਦੇ ਪੈਸਿਆਂ ਕਾਰਨ ਕੋਈ ਤੂੰ ਤੂੰ ਮੈਂ ਗੱਲ ਹੋਈ, ਉਹ ਤੋਂ ਬਾਅਦ ਉਹਨਾਂ ਨੇ ਡੰਡੇ ਡੁੰਡੇ ਕੱਢ ਕੇ ਇੱਕ ਦੂਜੇ ਦੇ ਮਾਰਤੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।